ਆਏ ਦਿਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਹਮੇਸ਼ਾ ਸੁਰਖੀਆਂ ਦੇ ਵਿੱਚ ਛਾਏ ਰਹਿੰਦੇ ਨੇ ਤੇ ਉੱਥੇ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਮੁੜ ਪਲਟਵਾਰ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ ਤੇ ਭਾਨਾ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹੀ ਬਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ਨੂੰ ਘੇਰ ਲਿਆ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਮੁੜ ਤੋਂ ਧੱਕੇਸ਼ਾਹੀ ਦੇਖਣ ਨੂੰ ਮਿਲ ਰਹੀ ਹੈ ਤੇ ਕਿਹਾ ਕਿ ਸਾਰੇ ਟੱਬਰ ਤੇ ਹੀ ਪਰਚੇ ਦਰਜ ਕਰ ਦਿੱਤੇ ਤੇ ਭਾਨਾ ਸਿੱਧੂ ਦੇ ਜਿਹੜੇ ਪਰਿਵਾਰ ਦੇ ਉੱਤੇ ਪਰਚੇ ਦਰਜ ਕੀਤੇ ਨੇ ਉਸਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸ਼ਰੇਆਮ ਆਪ ਸਰਕਾਰ ਜਿਹੜੀ ਧੱਕੇਸ਼ਾਹੀ ਉਹ ਕਰ ਰਹੀ ਹੈ ਤੇ ਭਾਨਾ ਸਿੱਧੂ ਦੇ ਪੱਖ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਆਏ ਨੇ ਤੇ ਬਿਕਰਮ ਸਿੰਘ ਮਜੀਠੀਆ ਦਾ ਹੋਰ ਕੀ ਕਹਿਣਾ ਹੈ ਸੁਣਦੇ। ਵੈਸੇ ਤਾਂ ਜੀ ਸਰਕਾਰ ਇਹ NRI ਨਹੀਂ ਬਣਾਈ ਹੈ ਤੇ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਪਈ ਇਹ ਸਭ ਤੋਂ ਪਹਿਲਾਂ, ਇਹ ਕੋਈ ਬਦਲਾਵ ਦਾ ਹੀ ਚੱਕਰ ਹੋਣਾ। ਅੱਜ ਕੱਲ੍ਹ ਉਹਦਾ ਵੀ ਬੜਾ, ਚਲੋ ਭਾਵੇਂ ਮੈਂ ਉਹਨਾਂ ਦੀ ਪੋਲੀਟਿਕਸ ਨਾਲ ਕੋਈ ਐਡੀ ਸਹਿਮਤੀ ਨਹੀਂ ਰੱਖਦਾ, ਮਗਰ ਸਹੀ ਨੂੰ ਸਹੀ ਕਹਿਣਾ, ਗਲਤ ਨੂੰ ਗਲਤ ਕਹਿਣਾ ਮੈਂ ਜ਼ਰੂਰ ਮਹਿਸੂਸ ਕਰਦਾ ਕਿ ਬੰਦੇ ਨੂੰ ਕਹਿਣਾ ਚਾਹੀਦਾ। ਚਲੋ ਹਰੇਕ ਦੀ ਆਪਦੀ ਪੋਲੀਟਿਕਸ ਹੈ, ਹਰੇਕ ਨੇ ਆਪਦਾ ਕੰਮ ਕਰਨਾ। ਬਹੁਤ ਚਿਰਾਂ ਤੋਂ ਮੇਰੇ 'ਤੇ ਇਹ ਗੱਲ ਦੀ ਚਰਚਾ ਹੋ ਰਹੀ ਕਿ ਤੁਸੀਂ ਭਾਨੇ ਸਿੱਧੂ 'ਤੇ ਕੁਛ ਨਹੀਂ ਬੋਲੇ। ਯਾਰ ਤਾਂ ਭਗਵੰਤ ਦੇ ਸੀ, ਭਗਵੰਤ ਨੂੰ ਬਣਾਉਣ ਵਾਲਿਆਂ 'ਚੋਂ ਸੀ, ਔਰ ਅੱਜ ਜਿਨ੍ਹਾਂ ਨੇ ਉਹਨੂੰ ਬਣਾਇਆ ਅੱਜ ਉਹਨਾਂ ਨੂੰ ਪੈ ਗਿਆ। ਕਿੱਥੇ ਪੰਜਾਬੀਆਂ ਨੂੰ ਵਿਚਾਰਨਾ ਚਾਹੀਦਾ ਕਿ ਕੀ ਤੁਹਾਡਾ ਫੈਸਲਾ ਸਹੀ ਸੀ, ਕਿਉਂਕਿ ਇਹ ਉਹ ਪਾਰਟੀ ਹੈ ਜਿਹਨੂੰ ਹਿਮਾਚਲ ਪ੍ਰਦੇਸ਼ ਨੇ ਰਿਜੈਕਟ ਕੀਤਾ 1% ਤੋਂ ਘੱਟ ਵੋਟਾਂ, ਗੁਜਰਾਤ ਦੇ ਲੋਕਾਂ ਨੇ ਰਿਜੈਕਟ ਕੀਤਾ, ਦੇਸ਼ ਦੇ ਹੋਰ ਕਈ ਸੂਬੇ ਆ ਜਿੱਥੇ ਇਹਨਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਮਿਲਿਆ। ਹੁਣ ਇਲੈਕਸ਼ਨਾਂ ਹੋਈਆਂ, ਮੱਧ ਪ੍ਰਦੇਸ਼, ਰਾਜਸਥਾਨ, ਹਰੇਕ ਥਾਂ ਇਹ ਨਕਾਰ 'ਤੇ ਗਏ, ਮਗਰ ਪਤਾ ਨਹੀਂ ਪੰਜਾਬੀ ਕਿਸ ਗੱਲ 'ਚ ਇਹਨਾਂ ਦੀ ਗੱਲਾਂ 'ਚ ਆ ਗਏ, ਔਰ ਅੱਜ ਐਡਾ ਵੱਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਕਿ ਪੰਜਾਬੀ ਜਿਹਦਾ ਲੋਹਾ ਦੁਨੀਆ ਮੰਨਦੀ ਆ, ਦੇਸ਼ ਦੁਨੀਆ ਦੇ ਕੋਨੇ ਕੋਨੇ 'ਚ ਜਾ ਕੇ ਇਹਨਾਂ ਨੇ ਪੱਗ ਦਾ ਸ਼ਾਨ ਉੱਚੀ ਕੀਤੀ ਆ, ਅੱਜ ਕੀ ਉਹਨੂੰ ਕੋਈ 4.5 ਫੁੱਟ ਦਾ ਬੰਦਾ ਦਿੱਲੀਓਂ ਚਲਾਊਗਾ? ਦਿੱਲੀ ਮਾਡਲ ਕਾਹਦਾ? ਦਿੱਲੀ ਮਾਡਲ ਲੁੱਟ ਕੇ ਸੁੱਟਦਾ ਹਰੇਕ ਚੀਜ਼ 'ਚ। ਅੱਜ ਦਿੱਲੀ ਵਾਲਿਆਂ ਨੂੰ ਜਾਂ ਬਾਹਰ ਤੋਂ ਲਿਆ ਕੇ ਲੋਕਾਂ ਨੂੰ ਕਾਬਜ਼ ਕਰਤਾ, ਚਾਹੇ ਰਾਜ ਸਭਾ ਕੁਛ, ਔਰ ਉਹਦੇ ਰਿਜ਼ਲਟ ਵੇਖ ਹੀ ਰਹੇ। ਅੱਜ ਮੈਂ ਭਾਵੇਂ ਭਾਣੇ ਅਤੇ ਲੱਖੇ ਦੀ ਪੋਲੀਟਿਕਸ, ਉਹਨਾਂ ਦੀ ਸ਼ਬਦਾਵਲੀ, ਉਹਨਾਂ ਦੀ ਬੋਲਬਾਲੀ ਬਹੁਤ ਕੁਛ ਬੋਲਦੇ ਆ, ਮੈਂ ਸਹਿਮਤ ਹਾਂ, ਮਗਰ ਧੀਆਂ ਭੈਣਾਂ ਸਾਂਝੀਆਂ ਨੇ। ਉਹਨਾਂ ਦੀ ਸਿਸਟਰ ਇੱਕ ਹੈਗੇ ਕਿਰਨਦੀਪ ਕੌਰ, ਜਿਹੜੇ ਹੈੱਡ ਮਾਸਟਰ ਨੇ, ਉਹ ਲੱਗੇ ਆ ਜੀ ਉੱਬੇ ਪਿੰਡ 'ਚ, ਉਹਨਾਂ 'ਤੇ 307 ਦਾ ਪਰਚਾ ਦੇ ਦਿੱਤਾ। ਦੂਜੇ ਸਿਸਟਰ ਜਸਪਾਲ ਕੌਰ, ਉਹ ਪਟਿਆਲੇ ਵਿਆਹੇ ਆ, ਔਰ ਮੌਕੇ 'ਤੇ ਇੱਕ ਸਕੂਲ 'ਚ ਸੀ, ਇੱਕ ਆਪਦੇ ਘਰ ਸੀ ਪਟਿਆਲੇ, ਦੋਵਾਂ 'ਤੇ 307 ਲਾਤੀ। ਅੱਜ ਮੇਰੀ ਗੱਲ ਵੀ ਹੋਈ ਸਰਬਜੀਤ ਸਰਪੰਚ ਕੋਟ ਦੁੰਨੇ ਵਾਲੇ ਨਾਲ, ਉੱਥੇ ਵੀ ਉਹ ਥਾਣੇ ਸੀ ਉਸ ਦਿਨ 3 ਤਰੀਕ ਨੂੰ, ਉੱਥੇ ਵੀ 307 ਲਾਤੀ। ਮਤਲਬ ਇਹ ਜੀ ਹਨੇਰਗਰਦੀ ਮੌਜੂਦਾ ਸਰਕਾਰ ਕਰ ਰਹੀ ਹੈ, ਹਰੇਕ ਝੂਠੇ ਪਰਚੇ, NRI ਦੀ ਜ਼ਮੀਨਾਂ 'ਤੇ ਕਬਜ਼ੇ, ਔਰ ਕਬਜ਼ੇ ਕੌਣ ਕਰ ਰਿਹਾ? ਆਪ ਦੇ ਕਾਰਕੁਨ ਆਪ, ਜਾਂ ਆਪ ਦੇ MLA ਕਰਾ ਰਹੇ? ਇਸ ਲਈ ਤਾਂ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਵਿਚਾਰਨਾ ਚਾਹੀਦਾ, ਔਰ ਮੈਂ ਸਮਝਦਾ ਉਹਨਾਂ ਨੇ ਸਮਝ ਲਿਆ, ਇੱਕ ਵਾਰੀ ਜ਼ਰੂਰ ਉਹਨਾਂ ਨਾਲ ਧੋਖਾ ਹੋਇਆ, ਸਬਕ ਸਿਖਾਉਣਗੇ ਜੋ ਹਾਲਾਤ ਬਣੇ ਹੋਏ ਆ। ਇਹ ਸਰਕਾਰਾਂ, ਇਹ ਪਾਵਰਾਂ ਕਦੇ ਪੱਕੀਆਂ ਨਹੀਂ ਰਹੀਆਂ, ਇਹ ਆਉਂਦੀ ਜਾਂਦੀ ਰਹਿੰਦੀ ਹੈ, ਮਗਰ ਜੋ ਹੁਣ ਮੌਜੂਦਾ ਆਪ ਦੀ ਸਰਕਾਰ ਨੇ ਹਾਲਾਤ ਬਣਾ ਤੇ, ਮੈਨੂੰ ਨਹੀਂ ਲੱਗਦਾ ਮੁੜ ਕੇ ਇਹਨਾਂ 'ਤੇ ਕੋਈ ਗਲਤੀ ਵੀ ਕਰੂਗਾ ਇਹਨਾਂ ਨੂੰ ਵੋਟ ਪਾਉਣ।
ਸਾਡਾ ਜੀ ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ, ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ, ਪੰਜਾਬ ਦੀ ਤਰੱਕੀ ਲਈ ਸਾਡਾ ਸਮਝੌਤਾ, ਬਾਕੀ ਪਾਰਟੀਆਂ ਪੁਰਟੀਆਂ ਛੋਟੀ ਗੱਲ ਹੈ, ਜਦੋਂ ਜਿਹਦੇ ਨਾਲ ਹੋਊਗਾ, ਅੱਜ ਤਾਂ ਬਸਪਾ ਨਾਲ ਹੈ, ਜੇ ਕੋਈ ਹੋਊਗੀ ਤਬਦੀਲੀ ਤੁਸੀਂ ਲਿਖੀ ਪੂਰੀ ਜਾਂਦੇ ਹੋ, ਜੇ ਕੋਈ ਹੋਊ ਤੁਹਾਨੂੰ ਦੱਸ ਦਿਆਂਗੇ ਜਾਂ ਤੁਹਾਡੀ ਅਖਬਾਰ 'ਚ ਪੜ੍ਹ ਲਿਆਂਗੇ।